ਉੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਬਜ਼ੁਰਗ ਮਹਿਲਾ ਇਹ ਬਠਿੰਡਾ ਦੇ ਰਹਿਣ ਵਾਲੇ ਨੇ ਇਹਨਾਂ ਦਾ ਪੂਰਾ ਪਰਿਵਾਰ ਬਠਿੰਡਾ ਦੇ ਵਿੱਚ ਵਸਦਾ ਹੈ ਤੇ ਨਾਲ ਹੀ ਕੰਗਨਾ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਹ ਟਵੀਟ ਸਾਹਮਣੇ ਆਉਣ ਤੋਂ ਬਾਅਦ ਜਦੋਂ ਇਸ ਬਜ਼ੁਰਗ ਦਾਦੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਕੰਗਨਾ ਨੂੰ ਉਹਨਾਂ ਨੇ ਕਰਾਰਾ ਜਵਾਬ ਦਿੱਤਾ ਇਸ ਰਿਪੋਰਟ ਰਾਹੀਂ ਤੁਹਾਨੂੰ ਵਿਖਾਉਂਦੇ ਹਾਂ ਪੰਜਾਬ ਯੂਨੀਅਨ ਜ਼ਿੰਦਾਬਾਦ ਪੰਜਾਬ ਯੂਨੀਅਨ ਜ਼ਿੰਦਾਬਾਦ ਸਰਕਾਰ ਕੇਂਦਰ ਸਰਕਾਰ ਹੈਗੇ 100 ਰੁਪਏ ਅਸੀਂ ਠੁਕਦੇ ਵੀ ਨਹੀਂ ਇਸ ਤਰ੍ਹਾਂ ਤੇ ਗੰਜੀ ਜੇ ਕਿਹੋ ਜੀ ਤੂਫਾਨ ਲਾਉਂਦੀ ਹੈ ਸਾਨੂੰ ਇਹ ਜੇ ਸੋ ਇਸ ਬਜ਼ੁਰਗ ਮਾਤਾ ਨੂੰ ਤੁਸੀਂ ਵੇਖਿਆ ਜਿਸ ਨੇ ਕਿਹਾ ਕਿ ਅਜਿਹੇ 100 ਰੁਪਿਆਂ ਤੇ ਇਹ ਠੁਕਦੇ ਵੀ ਨਹੀਂ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਜ਼ੁਰਗ ਮਾਤਾ ਹੈ ਜੋ ਕੰਗਣਾ ਰਣੌਤ ਦੇ ਮੁਤਾਬਕ 100-100 ਰੁਪਿਆ ਲੈ ਕੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ ਕਹਿੰਦੇ ਨੇ ਬੇਬਾਕੀ ਇੱਕ ਗੁਣ ਹੈ ਪਰ ਅਧੂਰੀ ਜਾਣਕਾਰੀ ਦੇ ਨਾਲ ਇਹ ਬੇਬਾਕੀ ਜੇ ਵਿਖਾਈ ਜਾਵੇ ਤਾਂ ਬੇਵਕੂਫੀ ਬਣਦਿਆਂ ਬਹੁਤਾ ਸਮਾਂ ਨਹੀਂ ਲੱਗਦਾ ਤੇ ਅਜਿਹੀ ਹੀ ਬੇਵਕੂਫੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਕੀਤੀ ਪੈਸੇ ਲੈ ਕੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਬਜ਼ੁਰਗ ਮਾਤਾ ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੰਗਣਾ ਰਣੌਤ ਨੂੰ ਹਰ ਪਾਸੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਜੋ ਕਿ ਬਠਿੰਡਾ ਦੇ ਪਿੰਡ ਦੇ ਰਹਿਣ ਵਾਲੇ ਨੇ ਤੇ ਖੇਤੀ ਦਾ ਕੰਮ ਕਰਦੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀ ਮਰਜ਼ੀ ਨਾਲ ਗਏ ਤੇ ਕਿਸਾਨ ਭਰਾਵਾਂ ਦੇ ਨਾਲ ਸਾਥ ਨਿਭਾਉਣ ਗਏ ਸਨ ਬਜ਼ੁਰਗ ਮਾਤਾ ਕਹਿੰਦੇ ਨੇ ਕਿ 100 ਰੁਪਏ ਦਾ ਅਸੀਂ ਕੀ ਕਰਨਾ ਹੈ ਸਾਡੇ ਕੋਲੇ ਬਥੇਰੀਆਂ ਜਾਇਦਾਦਾਂ ਨੇ ਮਾਤਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਉਸ ਕੋਲ ਕੰਮ ਨਹੀਂ ਹੈ ਤੇ ਮੇਰੇ ਕੋਲ ਆਵੇ 100 ਰੁਪਏ ਤੋਂ 5-7 ਰੁਪਏ ਮੈਂ ਵੱਧ ਦੇਵਾਂਗੀ ਮੇਰੇ ਨਾਲ ਖੇਤਾਂ 'ਚ ਮਜ਼ਦੂਰੀ ਕਰਾਵੇ ਅਸੀਂ 100 ਰੁਪਏ ਲੈਂਦੇ ਫਿਰਦੇ ਆ ਮੇਰੀ ਭਾਂ ਵਾਰੀ ਟੱਪੀ ਜਾਂਦੀ ਹੋਵੇ ਇੱਥੇ ਇੱਕ ਵੀਰਵਾਰ ਦੀ ਵਾਰੀ ਐਤਵਾਰ ਦੀ ਮੈਂ ਪਾਣੀ ਲਾਉਣੀ ਹੁੰਦੀ ਉੱਥੇ ਮੈਂ ਗੱਲੀ ਉੱਥੇ 100 ਰੁਪਏ ਲੈ ਕੇ ਆਉਂਦੀ ਤੇ ਮੇਰਾ ਕਿੰਨਾ ਖਰਾਬ ਹੁੰਦਾ ਕਣਕ ਕਿੰਨੀ ਖਰਾਬ ਹੁੰਦੀ ਬਿਜਾਈ ਵੀ ਨੂੰ ਨਰਮਾ ਲੇਟ ਹੋ ਜਾਂਦਾ 100 ਰੁਪਏ ਵਿੱਚ ਮੈਂ ਉੱਥੇ ਜਾਵਾਂ ਤੇ ਮੇਰਾ ਪਾਣੀ ਕੌਣ ਲਾਉਂਦਾ ਮੈਂ ਤਾਂ ਬੱਚੇ ਦੇ ਨਾਲ ਪਾਣੀ ਲਵਾ ਕੇ ਬੰਨ ਕੇ ਬਹਿਨੀ ਹੁੰਦੀ ਹਾਂ ਜਾ ਕੇ ਮੈਨੂੰ ਵੇਖ ਲੈ ਪਾਣੀ ਲਾਉਂਦੀ ਨਹੀਂ ਜਾਂ ਚੱਕੇ ਕਈ ਤੇ ਖਾਲ ਸਵਾਰੇ ਫਿਰ ਮੈਂ ਜਾਣਾ ਇਹਨੂੰ ਸਾਨੂੰ ਤੇ ਮੈਂ ਉਹਨੂੰ ਜਿੱਥੇ ਮੈਨੂੰ 100 ਦਿੰਦੀ ਹੈ ਮੈਂ ਉਹਨੂੰ 5-7 ਰੁਪਏ ਉੱਤੇ ਦੇ ਦਿਉਂ 100 ਤੇ ਮੇਰੇ ਨਾਲ ਖਾਲ ਸਵਾਰੇ ਆ ਕੇ 1 ਵਜੇ ਰਾਤ ਦੇ ਕੰਗਣਾ ਨੂੰ ਕਹੇ ਜੇ ਦਿਰ ਫਟੇ ਮੂੰਹ ਇਹ ਜੀ ਦੇ ਮੈਨੂੰ ਆਇਆ ਦੀ ਦਿਰ ਫਟੇ ਮੂੰਹ ਇਹ ਜੀ ਦੇ ਬਠਿੰਡਾ ਦਾ ਰਹਿਣ ਵਾਲਾ ਇਹ ਬਜ਼ੁਰਗ ਜੋੜਾ ਹੈ ਤੇ ਇਸ ਬਜ਼ੁਰਗ ਮਾਤਾ ਦੇ ਪਤੀ ਲਾਭ ਸਿੰਘ ਵੀ ਕਹਿੰਦੇ ਨੇ ਕਿ ਉਹ ਕੌਣ ਹੁੰਦੀ ਹੈ ਸਾਨੂੰ ਦਿਹਾੜੀਆਂ ਦੇਣ ਵਾਲੀ ਬਿਲਕੁਲ ਗਲਤ ਹੈ ਅਸੀਂ 12-13 ਕਿੱਲਿਆਂ ਦੇ ਮਾਲਕ ਹੈ ਜ਼ਮੀਨ ਦੇ ਅਸੀਂ ਆਪਦੇ ਕੰਮਾਂ ਦੇ ਵਿੱਚ ਪੂਰੇ ਨਹੀਂ ਅੱਪੜਦੇ ਉਹ ਸਾਨੂੰ ਕੌਣ ਹੈ ਦਿਹਾੜੀ ਦੇਣ ਵਾਲੀ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਟਵਿੱਟਰ ਤੇ ਕਾਫੀ ਵਾਇਰਲ ਹੋ ਰਹੀ ਹੈ ਉਮਰ 87 ਸਾਲ ਉਮਰ ਜਿਸ ਦੇ ਵਿੱਚ ਬਜ਼ੁਰਗ ਮਾਤਾ ਪਹਿਲਾਂ ਵੀ ਗੱਲਬਾਤ ਕਰਦੀ ਨਜ਼ਰ ਆਈ ਸੀ ਤੇ ਉਸ ਤੋਂ ਬਾਅਦ ਪੰਜਾਬੀ ਅਦਾਕਾਰਾਂ ਗਾਇਕਾਂ ਨੇ ਵੀ ਇਸ ਵੀਡੀਓ ਨੂੰ ਲੈ ਕੇ ਕੰਗਣਾ ਨੂੰ ਕਈ ਵਾਰ ਖਰੀਆਂ ਖਰੀਆਂ ਸੁਣਾਈਆਂ ਨੇ ਸਿੱਖੀ ਦਾ ਹਵਾਲਾ ਦਿੰਦਿਆਂ ਹੋਇਆਂ ਕਨਵਰ ਗਰੇਵਾਲ ਨੇ ਕੀ ਕੁਝ ਕਿਹਾ ਸੀ ਉਹ ਵੀ ਸੁਣ ਲੈਂਦੇ ਹਾਂ ਮਾਈ ਬਾਰੇ ਇੱਕ ਬਹੁਤ ਗਲਤ ਜਿਹਾ ਬਿਆਨ ਕੀਤਾ ਹੈ ਅਸੀਂ ਗੁਰੂ ਕੇ ਵਾਲੇ ਹਾਂ ਅਸੀਂ ਬਾਬੇ ਕੇ ਵਾਲੇ ਹਾਂ ਗੱਲ ਸੁਣ ਬੀਬੀ ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਅਸੀਂ ਉਦਾਂ ਦੀ ਭਾਸ਼ਾ ਵਰਤਾਂਗੇ ਅਸੀਂ ਉਹਨਾਂ ਦੇ ਧੀਆਂ ਪੁੱਤ ਹੀ ਹੈ ਨਹੀਂ ਜਿਹੜੇ ਐਸੀ ਭਾਸ਼ਾ ਵਰਤਾਂਗੇ ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਤੁਹਾਡੇ ਤੋਂ ਕੋਈ 10 ਸਾਲ ਵੱਡੀ ਹੈ ਜਾਂ ਛੋਟੀ ਹੈ ਸਾਡੀ ਉਹ ਭੈਣ ਹੀ ਹੈ ਇਸ ਕਰਕੇ ਅਸੀਂ ਵੀ ਤੈਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ ਕਿਉਂਕਿ ਸਾਡਾ ਕੱਦ ਤੇਰੇ ਤੋਂ ਬਹੁਤ ਵੱਡਾ ਹੈ ਅਸੀਂ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਬਦ ਸਲੂਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਧੱਬਾ ਨਹੀਂ ਲਾਵਾਂਗੇ ਤੈਨੂੰ ਤੇਰੀ ਸੋਚ ਨੂੰ ਤਰਕਾਰ ਹੈ ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭੈਣ ਮੇਰੀ ਸੋ ਹੁਣ ਤੁਸੀਂ ਇਸ ਬਜ਼ੁਰਗ ਜੋੜੇ ਦੀ ਵੀ ਸੁਣ ਲਈ ਤੇ ਇਹਨਾਂ ਦੇ ਹੱਕ ਦੇ ਵਿੱਚ ਆਏ ਤਮਾਮ ਉਹ ਲੋਕਾਂ ਦਾ ਵੀ ਅਸੀਂ ਤੁਹਾਨੂੰ ਦੱਸਿਆ ਜੋ ਲਗਾਤਾਰ ਕੰਗਣਾ ਦੇ ਇਸ ਟਵੀਟ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਪਰ ਇਸ ਤੋਂ ਬਾਅਦ ਵੀ ਕੰਗਣਾ ਬਾਜ਼ ਨਹੀਂ ਆਈ ਤੇ ਟਵਿੱਟਰ ਜ਼ਰੀਏ ਫਿਰ ਤੋਂ ਕਿਸਾਨ ਅੰਦੋਲਨ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰਾਂ ਦੀ ਲੜੀ ਲੱਗ ਗਈ ਜਿਨ੍ਹਾਂ ਨੇ ਕੰਗਣਾ ਰਣੌਤ ਤੇ ਕਈ ਸਵਾਲ ਚੁੱਕੇ ਨੇ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਕਈ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦਾ ਕੋਈ ਸਰਪੈਰ ਨਹੀਂ ਹੈ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਤੇ ਕਈ ਚੀਜ਼ਾਂ ਦਾ ਮਜ਼ਬੂਤ ਆਧਾਰ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਆਧਾਰਹੀਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਆਮ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਸਤਰਕ ਹੋਣ ਦੀ ਜ਼ਰੂਰਤ ਹੈ ਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿ ਆਖਰ ਸੋਸ਼ਲ ਮੀਡੀਆ ਉਹਨਾਂ ਨੂੰ ਕੀ ਪਰੋਸ ਰਿਹਾ ਤੇ ਉਸ ਦੇ ਵਿੱਚੋਂ ਕੀ ਸੱਚ ਹੈ ਤੇ ਕੀ ਝੂਠ ਬਠਿੰਡਾ ਤੋਂ ਗੋਵਿੰਦ ਸੈਣੀ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ